ਇੰਡੀਆ ਨਿਊਜ਼। 550 ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਮੌਕੇ ਡੇਰਾ ਬਾਬਾ ਨਾਨਕ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਵੀ ਸ਼ੁਰੂ ਕਰ ਦਿੱਤੇ ਗਏ ਨੇ। ਇਸ ਮੌਕੇ ਇੱਕ ਪਾਸੇ ਜਿੱਥੇ ਡੇਰਾ ਬਾਬਾ ਨਾਨਕ ਵਿਖੇ ਆਉਣ ਵਾਲੀਆਂ ਸੰਗਤਾਂ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਲੈ ਕੇ ਖੁਸ਼ੀ ਹੈ, ਉੱਥੇ ਹੀ ਇਸ ਸਥਾਨ 'ਤੇ ਸੇਵਾ ਕਰਨ ਵਾਲੀਆਂ ਸੰਗਤਾਂ 'ਚ ਵੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ ਕਿ ਇੱਥੇ ਲੰਗਰ ਲਗਾਉਣ ਵਾਲੀ ਸੰਗਤਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਦੇ ਵਾਸਤੇ ਸਰਕਾਰ ਦੇ ਵੱਲੋਂ ਬਣਾਈ ਜਾ ਰਹੀ ਟੈਂਟ ਸਿਟੀ ਦੇ ਅੰਦਰ ਅਗਰ ਗੱਲ ਕੀਤੀ ਜਾਵੇ ਸ਼ਰਧਾਲੂਆਂ ਦੇ ਰੱਖ ਰਖਾਵ ਦੀ ਤਾਂ ਪੂਰੇ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਕਰ ਲਏ ਗਏ ਨੇ ਅਤੇ ਅੱਜ ਤੋਂ ਹੀ ਅਗਰ ਗੱਲ ਕੀਤੀ ਜਾਵੇ ਉਹਨਾਂ ਸ਼ਰਧਾਲੂਆਂ ਦੇ ਰਹਿਣ ਦੀ ਖਾਣ ਪੀਣ ਦੀ ਤਾਂ ਲੰਗਰ ਦੀ ਜਿਹੜੀ ਸੇਵਾ ਹੈ ਉਹ ਸ਼ੁਰੂ ਹੋ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੰਗਰ ਦਾ ਜਿਹੜਾ ਪ੍ਰਬੰਧ ਹੈ ਟੈਂਟ ਸਿਟੀ ਦੇ ਅੰਦਰ ਰਹਿਣ ਵਾਲੇ ਸ਼ਰਧਾਲੂਆਂ ਦਾ, ਅਤੇ ਜਿਹੜੀ ਸੰਗਤ ਇੱਥੇ ਕਰਤਾਰਪੁਰ ਕੋਰੀਡੋਰ ਦੇ ਦਰਸ਼ਨਾਂ ਲਈ ਪਹੁੰਚੇਗੀ ਉਹਨਾਂ ਦੇ ਲਈ ਲੰਗਰ ਦਾ ਜਿਹੜਾ ਪ੍ਰਬੰਧ ਹੈ ਉਹ ਇੱਥੇ ਮੁਕੰਮਲ ਕਰ ਲਿਆ ਗਿਆ ਹੈ। ਪੂਰੀ ਤਰ੍ਹਾਂ ਨਾਲ ਲੰਗਰ ਦਾ ਪ੍ਰਬੰਧ ਜਿਹੜਾ ਹੈ ਉਹ ਹੁਣ ਤੋਂ ਹੀ ਸ਼ੁਰੂ ਹੋ ਚੁੱਕਾ ਹੈ। 24 ਘੰਟੇ ਜਿਹੜਾ ਹੈ ਉਹ ਇੱਥੇ ਲੰਗਰ ਤਿਆਰ ਕੀਤਾ ਜਾਵੇਗਾ। ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜਾ ਇਹ ਜਗ੍ਹਾ ਹੈ ਇੱਥੇ ਇਹ ਲੰਗਰ ਸੰਗਤ ਦੇ ਵਾਸਤੇ ਦਿਨ ਰਾਤ ਇੱਥੇ ਤਿਆਰ ਕੀਤਾ ਜਾਵੇਗਾ ਅਤੇ ਦਿਨ ਰਾਤ ਹੀ ਛਕਾਇਆ ਜਾਵੇਗਾ। ਲੰਗਰ ਦੇ ਜਿਹੜੇ ਪ੍ਰਬੰਧ ਨੇ ਉਹ ਅੱਜ ਤੋਂ ਹੀ ਮੁਕੰਮਲ ਕਰ ਲਏ ਗਏ ਨੇ। ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਦੇ ਵੱਲੋਂ ਜਿਹੜੇ ਪ੍ਰਸ਼ਾਦਿਆਂ ਦੀ ਸੇਵਾ ਉਹ ਸ਼ੁਰੂ ਕੀਤੀ ਗਈ ਹੈ। ਦੂਸਰੀ ਤਰਫ ਅਗਰ ਦੇਖਿਆ ਜਾਵੇ ਤਾਂ ਦਾਲ ਸਬਜ਼ੀ ਉਹ ਸਭ ਕੁਝ ਇੱਥੇ ਸੰਗਤ ਦੇ ਵੱਲੋਂ ਸੰਗਤ ਦੇ ਸ਼ਗਨ ਛਕਾਉਣ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ। ਤਾਂ ਸੰਗਤ ਦੇ ਠਹਿਰਨ ਵਾਸਤੇ, ਚਾਹੇ ਸੰਗਤ ਟੈਂਟ ਸਿਟੀ ਦੇ ਅੰਦਰ ਠਹਿਰਨ ਵਾਲੀ ਹੋਵੇ, ਚਾਹੇ ਇੱਥੇ ਦਰਸ਼ਨ ਕਰਨ ਵਾਲੀ ਪਹੁੰਚ ਰਹੀ ਸੰਗਤ ਹੋਵੇ, ਉਸ ਦੇ ਲਈ ਜਿਹੜੇ ਪ੍ਰਬੰਧ ਨੇ ਲੰਗਰ ਦੇ ਉਹ ਮੁਕੰਮਲ ਕੀਤੇ ਗਏ ਨੇ। ਇਸ ਜਗ੍ਹਾ ਜਿਹੜੀ ਹੈ ਇਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਹੀ ਮੁਹੱਈਆ ਕਰਵਾਈ ਗਈ ਹੈ। ਟੈਂਟ ਸਿਟੀ ਦੇ ਅੰਦਰ ਹੀ ਇਹ ਜਗ੍ਹਾ ਸਾਰੀ ਲੰਗਰ ਦੇ ਵਾਸਤੇ ਦਿੱਤੀ ਗਈ ਹੈ। ਤਾਂ ਦੂਸਰੀ ਤਰਫ ਅਗਰ ਗੱਲ ਕੀਤੀ ਜਾਵੇ ਤਾਂ ਜਿਹੜਾ ਜਿੱਥੇ ਬੈਠ ਕੇ ਸੰਗਤ ਨੇ ਲੰਗਰ ਛਕਣਾ ਹੈ ਉਸ ਦੇ ਵਾਸਤੇ ਵੀ ਜਿਹੜਾ ਟੈਂਟ ਹੈ ਉਹ ਕਾਫੀ ਵੱਡਾ ਲਗਾਇਆ ਗਿਆ ਹੈ। ਉਹ ਟੈਂਟ ਦੇ ਅੰਦਰ ਵੀ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਦੇ ਉੱਥੇ ਪ੍ਰਬੰਧ ਹਨ ਅਤੇ ਕਿਸ ਤਰ੍ਹਾਂ ਉੱਥੇ ਜਿਹੜਾ ਲੰਗਰ ਹੈ ਸੰਗਤ ਨੂੰ ਛਕਾਇਆ ਜਾ ਰਿਹਾ ਹੈ। ਤਾਂ ਨਾਲ ਹੀ ਬਾਅਦ ਵਿੱਚ ਲੰਗਰ ਦੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਇੱਥੇ ਲੰਗਰ ਚੱਲੇਗਾ ਅਤੇ ਕਿਸ ਤਰੀਕੇ ਨਾਲ ਸੰਗਤ ਨੂੰ ਛਕਾਇਆ ਜਾਏਗਾ ਅਤੇ ਕਿੰਨੀ ਦੇਰ ਤੱਕ ਇਹ ਲੰਗਰ ਚੱਲਦਾ ਰਹੇਗਾ। ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਟੈਂਟ ਲੱਗਾ ਹੋਇਆ ਹੈ, ਇਸ ਦੇ ਅੰਦਰ ਸੰਗਤ ਜਿਹੜੀ ਪਹੁੰਚੇਗੀ ਉਹ ਇੱਥੇ ਬੈਠ ਕੇ ਲੰਗਰ ਛਕੇਗੀ, ਉਸ ਨੂੰ ਲੰਗਰ ਇੱਥੇ ਛਕਾਇਆ ਜਾਏਗਾ। ਲੰਗਰ ਛਕਣ ਵਾਸਤੇ ਸੰਗਤ ਚਾਹੇ ਕਿਤੋਂ ਵੀ ਇੱਥੇ ਪਹੁੰਚੀ ਹੋਵੇ ਉਸ ਦੇ ਲਈ ਲੰਗਰ ਜਿਹੜਾ ਹੈ 24 ਘੰਟੇ ਇੱਥੇ ਖੋਲ੍ਹਿਆ ਗਿਆ ਹੈ ਅਤੇ ਇਸ ਤਰ੍ਹਾਂ ਹੀ ਦਿਨ ਰਾਤ ਚੱਲਦਾ ਦਿਖਾਈ ਦੇਵੇਗਾ। ਤੁਸੀਂ ਦੇਖ ਸਕਦੇ ਹੋ ਕਿ ਸੰਗਤ ਪੰਗਤ ਦੇ ਵਿੱਚ ਬੈਠ ਕੇ ਇੱਥੇ ਲੰਗਰ ਛਕਦੀ ਦਿਖਾਈ ਦੇ ਰਹੀ ਹੈ। ਤਾਂ ਲੰਗਰ ਦੇ ਵਿੱਚ ਜਿਹੜੇ ਪ੍ਰਬੰਧਕ ਨੇ ਉਹ ਵੀ ਆਪਣੀ ਪੂਰੀ ਤਰ੍ਹਾਂ ਤਨਦੇਹੀ ਨਾਲ ਸੇਵਾ ਕਰਦੇ ਦਿਖਾਈ ਦੇ ਰਹੇ ਨੇ। ਇਹ ਜਿਹੜਾ ਲੰਗਰ ਹੈ ਇਹ ਜਿੰਨੀ ਦੇਰ ਤੱਕ ਕਰਤਾਰਪੁਰ ਸਾਹਿਬ ਦੇ ਸਮਾਗਮ ਇੱਥੇ ਚੱਲਦੇ ਰਹਿਣਗੇ ਤਦ ਤੱਕ ਇਹ ਲੰਗਰ ਦੀ ਸੇਵਾ ਵੀ ਜਿਹੜੀ ਹੈ ਉਹ ਟੈਂਟ ਸਿਟੀ ਦੇ ਅੰਦਰ ਇਸ ਤਰ੍ਹਾਂ ਹੀ ਨਿਭਾਈ ਜਾਵੇਗੀ। ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਚੱਲ ਕੇ ਗੱਲ ਕਰਦੇ ਹਾਂ ਕਿ ਕਿੰਨੀ ਇੱਥੇ ਲੰਗਰ ਦੇ ਵਾਸਤੇ ਜਿਹੜੀ ਸੰਗਤ ਪਹੁੰਚੇਗੀ, ਕਿੰਨੀ ਸੰਗਤ ਦਾ ਪ੍ਰਬੰਧ ਹੈ ਅਤੇ ਕਿੱਦਾਂ ਇਹ ਸਾਰੀ ਸੇਵਾ ਇੱਥੇ ਚੱਲਦੀ ਦਿਖਾਈ ਦੇਵੇਗੀ। ਵੀਰ ਜੀ, ਲੰਗਰ ਦਾ ਪ੍ਰਬੰਧ ਇੱਥੇ ਕੀਤਾ ਗਿਆ ਹੈ, ਟੈਂਟ ਸਿਟੀ ਦੇ ਅੰਦਰ ਹੀ ਕੀਤਾ ਗਿਆ ਹੈ, ਕਿੰਨਾ ਦੇ ਵੱਲੋਂ ਇਹ ਲੰਗਰ ਸੇਵਾ ਚੱਲ ਰਹੀ ਹੈ, ਪ੍ਰਸ਼ਾਸਨ ਦਾ ਕਿੰਨਾ ਇਹ 'ਚ ਯੋਗਦਾਨ ਹੈ ਅਤੇ ਕਿੰਨੀ ਸੰਗਤ ਵਾਸਤੇ ਐਟ ਏ ਟਾਈਮ ਤੁਸੀਂ ਲੰਗਰ ਇੱਥੇ ਛਕਾਉਣ ਦਾ ਪ੍ਰਬੰਧ ਕੀਤਾ? ਗੁਰਦੁਆਰਾ ਟਾਹਲੀ ਸਾਹਿਬ ਬਾਬਾ ਸਿੱਚਨ ਜੀ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ 9 ਤਰੀਕ ਨੂੰ ਕੋਰੀਡੋਰ ਦਾ ਪਾਕਿਸਤਾਨ ਵਾਸਤੇ ਸੰਗਤਾਂ ਨੇ ਜਾਣਾ, ਦੇਸ਼ਾਂ ਪ੍ਰਦੇਸ਼ਾਂ ਦੀਆਂ ਨੇ, ਉਹਨਾਂ ਵਾਸਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈਗਾ ਅਤੇ ਗੁਰਦੁਆਰਾ ਟਾਹਲੀ ਸਾਹਿਬ ਗੱਲ ਦੀਨਾ ਨਗਰ ਵੱਲੋਂ ਇਹ ਗੁਰੂ ਕਾ ਲੰਗਰ ਜਿਹੜਾ ਉਹ 1 ਤਰੀਕ ਤੋਂ ਚਲਾਇਆ ਜਾ ਰਿਹਾ ਜਿਹੜਾ ਕਿ ਤਕਰੀਬਨ 15 ਤਰੀਕ ਤੱਕ ਰਹੇਗਾ। ਇਲਾਕੇ ਦੀਆਂ ਸੰਗਤਾਂ ਦਾ, ਪ੍ਰਸ਼ਾਸਨ ਦਾ, ਸਾਰਿਆਂ ਦਾ ਬੜਾ ਸਹਿਯੋਗ ਹੈ। ਦਰਜਾ ਬਦਰਜਾ ਹਰ ਸੇਵਾਦਾਰ ਇੱਥੇ ਤਨ ਮਨ ਧਨ ਦੇ ਨਾਲ ਸੇਵਾ ਕਰ ਰਿਹਾ। ਕਿੰਨੀ ਸੰਗਤ ਨੂੰ ਐਟ ਏ ਟਾਈਮ ਅਗਰ ਤੁਹਾਡੇ ਕੋਲ ਪਹੁੰਚਦੀ ਹੈ ਤਾਂ ਕਿੰਨੀ ਸੰਗਤ ਦਾ ਤੁਹਾਡੇ ਕੋਲ ਪ੍ਰਬੰਧ ਹੈਗਾ ਇੱਕ ਸਮੇਂ ਦਾ, ਵੀ ਇਕੱਠੀ ਬੈਠ ਕੇ ਸੰਗਤ ਇੱਥੇ ਲੰਗਰ ਸਕਦੀ? ਲਗਭਗ 1000 ਦੇ ਕਰੀਬ ਸੰਗਤ ਜਿਹੜੀ ਆ ਤੁਸੀਂ ਲੰਗਰ ਟੈਂਟ ਸਿਟੀ ਦੇ ਵਿੱਚ ਲੰਗਰ ਦਾ ਪੰਡਾਲ ਵੇਖਿਆ, ਉਹਦੇ ਬੈਠ ਕੇ ਸੰਗਤ ਪ੍ਰਸ਼ਾਦਾ ਛਕ ਸਕਦੀ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਵਾਰ ਪਲਾਸਟਿਕ ਦੀ ਜਿਹੜੀ ਵਰਤੋਂ ਆ ਉਹ ਬਿਲਕੁਲ ਨਹੀਂ ਕੀਤੀ ਜਾ ਰਹੀ, ਸਾਰਾ ਕੁਝ ਤੁਸੀਂ ਦੇਖ ਰਹੇ ਹੋ ਕਿ ਸਟੀਲ ਦੇ ਭਾਂਡਿਆਂ ਵਿੱਚ ਹੀ ਚੱਲ ਰਹੇ। ਅਗਰ ਇਸ ਲੰਗਰ ਦੇ ਵਿੱਚ ਕੋਈ ਵੀ ਆ ਕੇ ਸੇਵਾ ਕਰਨੀ ਚਾਹੇ ਤਾਂ ਉਹ ਸੇਵਾ ਨਿਭਾ ਸਕਦਾ ਕਿ ਤੁਹਾਡੇ ਪ੍ਰਬੰਧਕ ਹੀ ਸੇਵਾ ਕਰਨੀ? ਨਹੀਂ, ਕੋਈ ਵੀ ਸੰਗਤ ਦਾ ਬੰਦਾ ਤਨ ਮਨ ਧਨ ਦੇ ਨਾਲ ਇੱਥੇ ਸੇਵਾ ਕਰ ਸਕਦਾ, ਕੋਈ ਦਿੱਕਤ ਨਹੀਂ। ਪ੍ਰਸ਼ਾਸਨ ਦੇ ਵੱਲੋਂ ਕਿੰਨਾ ਕੁ ਯੋਗਦਾਨ ਦਿੱਤਾ ਗਿਆ ਤੁਹਾਡੀ ਸੇਵਾ ਦੇ? ਤਕਰੀਬਨ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਹੈ ਸਾਨੂੰ। ਹਰ ਅੱਧੇ ਪੌਣੇ ਘੰਟੇ ਬਾਅਦ ਕੋਈ ਨਾ ਕੋਈ ਆਫਿਸਰ, ਕੋਈ ਨਾ ਕੋਈ ਜ਼ਿੰਮੇਵਾਰ ਬੰਦਾ ਸਾਨੂੰ ਆਣ ਕੇ ਪੁੱਛ ਰਿਹਾ ਕਿ ਕਿਸੇ ਚੀਜ਼ ਦੀ ਕੋਈ ਕਮੀ ਤਾਂ ਨਹੀਂ। ਸਾਨੂੰ ਤਕਰੀਬਨ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈਗਾ।
कोई समा बंद है लंगर के 24 घंटे चलता है? नहीं, 24 घंटे तो शुरू है जी। जी बिल्कुल, कितना कितने लंगर की जी सेवा है जी, महान सेवा मनी गई है और श्री गुरु नानक देव जी वालों ही ये सेवा शुरू की गई थी जी, हूँ तक चलती दिखाई दे रही है, उसका जरा प्रबंध है वह मुकम्मल कर लिया गया है। टेंट सिटी के अंदर ही लंगर हाल बनाया गया है, लंगर बनाने वास्ते जगह दी गई है प्रशासन के वालों, प्रबंधक जे ने गुरुद्वारा टाली साहब के वो इतने आ के इस लंगर की सेवा निभाते दिखाई दे रहे हैं। कोई भी अगर जिस दे मन च ये सेवा करन दा कुछ होवे तां ओह भी इत्थे आ के अपनी सेवा दे विच योगदान पा सकदा है। कैमरा परसन कवलजीत दे नाल भोपाल सिंह, लिविंग इंडिया न्यूज, डेरा बाबा नानक। एक होर जिहड़ी खबर डेरा बाबा नानक तो है, जिथे आने वाली संगत लई श्रोमणी गुरुद्वारा प्रबंधक कमेटी के पंजाब सरकार वालों जो टेंट सिटी बनाई गई है उस बारे SDM नाल खास गलबात की साडे सहयोगी भोपाल सिंह। कोरीडोर के वास्ते पहुँचने वाली संगत के लिए पंजाब सरकार के वालों डेरा बाबा नानक के टेंट सिटी तैयार की गई है। टेंट सिटी दे जिन्हां दी निगरानी दे हेठ तैयार हुई है वो SDM सकत्तर सिंह बल जी गुरदासपुर साढ़े नाल इत्थे मौजूद ने, उन्हां नाल चल के गल करते हैं कि कुछ खास रहेगा इस टेंट सिटी के अंदर तो किस तरह के प्रबंध किए गए। सर टेंट सिटी जी है वो उत्थे की प्रबंध तुहाडे वल्लों किए गए, क्योंकि तुहाडी निगरानी में जो सही तैयार हुई है किस तरह के प्रबंध ने, किन्ने श्रद्धालु उत्थे रह पाएंगे, तो किस तरीके के उत्थे टेंट बने हुए हैं? गुरु नानक देव जी के 550 साल जन्म जड़े दिवस के मौके पर डेरा बाबा नानक विखे टेंट सिटी जी है वो असी तैयारी की हुई है, और जिला गुरदासपुर और पंजाब सरकार इस दे लिए बिल्कुल तैयार है। टेंट सिटी के असी तीन तरह के टेंट जोड़े ने बनाए ने, यूरोपियन स्टाइल टेंट ने जिन्हों की गिनती 550 हैगी है, 6 लोग रह सकते हैं। स्विस कॉटेज टाइप के टेंट ने जिन्हें 2 लोग रेंदे ने, और दरबारी टेंट ने जिन्हें 4 लोग रह सकते हैं। और श्रद्धालुओं की सहूलत दे लई असी 280 बाथरूम ते टॉयलेट जिहड़े ने वो अलग तो तैयार करवाए ने, ताकि जिहड़ियां इन्हां दी बेसिक जिहड़ियां सहूलत ने उन्होंने मिल सकन। रहण तो अलावा उन्होंने खाने के लिए वड्डा लंगर हॉल असी तैयार किया है, जिस दे विच 1500 के आस पास जिहड़े यात्री ने इको समय बैठ के वो खाना खाणगे, और खाना इत्थे 24 घंटे चलेगा। इस तों इलावा साफ पानी पीण दे लई बहुत वड्डा RO सिस्टम जिहड़ा 1000 लीटर प्रति घंटे की जिहड़ी प्योरीफिकेशन करता हैगा वो असीं लगाया हैगा, ताकि संगत नूं साफ सुथरा पीण योग पानी मिले, और ये सारे प्रबंध असीं कीते होए। सर वड्डे लैवल ते संगत इत्थे आ के ठहरेगी ते उहनां दी सुरक्षा नूं लै के ते सेहत सहूलतां नूं लै के किस तरह दे प्रबंध ने टेंट सिटी दे? जी ये जिहड़ा असीं एडम ब्लॉक बनाया होया उहदे विच असीं सिविल सर्जन नूं इक दे रहे हैगे आ, उहनां नूं इक ऑफिस दे रहे हैं, और एक फुल फ्लैज टीम उहनां दी जिहड़ी हैगी आ वो इत्थे रहेगी, जिहड़ी कि मैडिकल सहूलतां दे नाल लैस होएगी। इस दे नाल नाल ही असीं जिवें कि डेरा बाबा नानक शहर नूं 9 सैक्टरां दे विच वंडिया होया, उहदे विचों इक सैक्टर जिहड़ा हैगा वो टेंट सिटी रहेगा, और इस सैक्टर दे विच असीं हरेक उस महकमे दे ऑफिसर नूं लिया हैगा जिहदी जरूरत हैगी आ, जिवें पानी दे लई आ वाटर सप्लाई डिपार्टमेंट आ, जे सीवरेज आ, जां जेकर साफ सफाई हैगी आ तां EOMC हैगा, तां इस तरह वख वख जिहड़े महकमिआं दे ऑफिसर ने वो उस जिहड़ा हैगा कलस्टर ऑफिसर हैगा उहदे अंडर इत्थे कम करनगे जी। सर टेंट सिटी के अंदर किस तरह श्रद्धालु रह पाएंगे, किस तरह उन्होंने ये टेंट मुहैया होंगे, तो किन्ने श्रद्धालु इस टेंट सिटी के अंदर रह सकते? इस टेंट सिटी के 3500 लोगों के रहने की जी समर्था की टेंट सिटी बनाई गई है, और श्रद्धालुओं की सहूलत दे लई इत्थे असी रजिस्ट्रेशन काउंटर जिहड़े हैगे आ उह तैयार कर ले हैगे ने, और मंडे मॉर्निंग तो वह काम करना शुरू कर देंगे। इस तों अलावा भी पंजाब सरकार वालों इहदा ऑनलाइन जिहड़ा हैगा वह लिंक वह भी शेयर किया गया हैगा, उसनों भी असी पब्लिसाइज कर रहे हैं कि ताकि ऑनलाइन भी जेकर किसी ने बुकिंग करानी है तो करवा सके। सर काउंटडाउन शुरू हो गया, तुसीं भी काफ़ी मेहनत की है, सारे प्रशासनिक अधिकारी लगे रहे इस काम को लैके, हुण अगर गल की जाए एज ए प्रशासनिक अधिकारी के तौर पर तुहाडे मन दे विच किस तरह का इंतजार हो रहा है उस संगत नूं लैके जिहड़ी इत्थे पहुंचे? बिल्कुल जी, असीं जिहड़ा हैगा बहुत बेसब्री दे नाल संगत का इंतजार कर रहे हैं। असीं टेंट सिटी नूं रिकॉर्ड टाइम दे विच तैयार कर लिया हैगा, इत्थे लगभग सारियां तैयारियां हो गईयां ने, जिहड़े छोटे मोटे काम रहिंदे ने वो असीं अज शाम तक जां कल सवेर तक इतने ऐसे मुकम्मल कर लेने हैं। सानू आस है कि अगले हफ्ते शुरू तो 3 या 4 तारीख तो जोड़े श्रद्धालु है वही गिणती के आने शुरू हो जाएंगे, और उस दे लिए असी सारे प्रबंध जोड़े है मुकम्मल कर लेने। ये सन साढ़े नाल गुरदासपुर के SDM सकत्तर सिंह जी बल, जिन्होंने सानू टेंट सिटी की पूरी जानकारी दी है, क्योंकि टेंट सिटी इन्हों की निगरानी के हेठ ही है, तो इन्हों की निगरानी के हेठ ही टेंट सिटी का सारा काम चलेगा। की कुछ टेंट सिटी के अंदर हैगा, की कुछ सहूलत मुहैया करवाई जाएगी, किस तरह के सुरक्षा के प्रबंध रहेंगे,
इस दे बारे जानकारी दी है सानू सिकंदर सिंह बल ने। कैमरा परसन कवलजीत के नाल भोपाल सिंह, लिविंग इंडिया न्यूज़, गुरदासपुर।